ਬਾਬਾ ਜੀ ਬਾਬਾ ਮਾਂ ਹਰਨਾਮ ਸਿੰਘ ਜੀ ਨੇ ਪੁੱਛਿਆ ਨੰਸਿਆ ਕਿੰਨਾ ਕੁ ਸਮਾਂ ਸਿਮਰਨ ਨਿਤਨੇਮ। ਬਾਬਾ ਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਮਹਾਂਪੁਰਖੋ 20-22 ਘੰਟੇ ਦਾ ਸਿਮਰਨ ਹੈ, 2-2.5 ਘੰਟੇ ਆਰਾਮ ਵਿਸਰਾਮ ਨਿਤਨੇਮ ਤੋਂ ਇਲਾਵਾ ਪ੍ਰਸ਼ਾਦਾ ਪਾਣੀ ਵਗੈਰਾ। ਅਤੇ ਬਾਬਾ ਮਹਾਂ ਹਰਨਾਮ ਸਿੰਘ ਕਹਿੰਦੇ ਨੰਸਿਆ 20-22 ਘੰਟੇ ਦਾ ਸਿਮਰਨ, 2-2.5 ਘੰਟੇ ਆਰਾਮ ਵਿਸਰਾਮ ਜਲ ਪਾਣੀ ਪ੍ਰਸ਼ਾਦਾ, ਇਹ ਦੱਸ ਇਹ 2-2.5 ਘੰਟੇ ਦਾ ਲੇਖਾ ਤੂੰ ਦਏਗਾ ਕਿ ਮੈਂ ਦਿਆਂਗਾ, 2-2.5 ਘੰਟੇ ਦਾ ਲੇਖਾ ਤੂੰ ਦਏਗਾ ਕਿ ਮੈਂ ਦਿਆਂਗਾ। ਮੁਰਸ਼ਦ ਦਾ ਬਚਨ। ਬਾਬਾ ਨੰਦ ਸਿੰਘ ਜੀ ਭਾਈ ਡਰੌਲੀ ਵਾਪਸ ਆ ਰਹੇ ਨੇ ਨਾਨਕਸਰ ਵੱਲ। ਰਸਤੇ ਇੱਕ ਪਾਣੀ ਦਾ ਤਲਾਬ ਹੈ, ਉਸ ਤਲਾਬ ਦੇ ਅੰਦਰ ਇੱਕ ਦਰਖਤ ਡਿੱਗਿਆ ਅਤੇ ਬਾਬਾ ਨੰਦ ਸਿੰਘ ਜੀ ਕਹਿੰਦੇ ਡਰੌਲੀ ਇਹ ਪਾਣੀ ਵਿੱਚ ਵੜ ਕੇ ਦੇਖ ਕਿੰਨਾ ਕੁ ਡੂੰਘਾ ਪਾਣੀ ਹੈ। ਉਹਦੀ ਰਾਤ ਭਾਈ ਡਰੌਲੀ ਜਦੋਂ ਪਾਣੀ ਵਿੱਚ ਦਾਖਲ ਹੋਇਆ, ਪਾਣੀ ਵਿੱਚ ਵੜਿਆ ਅਤੇ ਉਹ ਪਾਣੀ ਕਿੰਨਾ ਕੁ ਡੂੰਘਾ ਸੀ, ਜਿਹੜਾ ਉਹ ਦਰਖਤ ਡਿੱਗਿਆ ਸੀ ਨਾ, ਉਹ ਇਉਂ ਲੱਗਦਾ ਸੀ ਜਿਵੇਂ ਬੈਰਾਗਣ ਦਾ ਕੰਮ ਦੇ ਸਕਦਾ ਦਰਖਤ। ਜਦੋਂ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਤੱਕਿਆ, ਕਹਿਣ ਲੱਗੇ ਡਰੌਲੀ ਬਾਹਰ ਆ ਜਾ। ਭਾਈ ਡਰੌਲੀ ਬਾਹਰ ਆਇਆ ਅਤੇ ਬਾਬਾ ਨੰਦ ਸਿੰਘ ਜੀ ਉਸ ਪਾਣੀ ਵਾਲੇ ਤਲਾਬ ਵਿੱਚ ਵੜ ਗਏ, ਉਸ ਦਰਖਤ ਨੂੰ ਬੈਰਾਗਣ ਬਣਾ ਲਿਆ ਅਤੇ ਸਾਰੀ ਰਾਤ ਮਾਲਕ ਦੇ ਸਿਮਰਨ ਵਿੱਚ ਜੁੜੇ ਰਹੇ। ਅੰਮ੍ਰਿਤ ਵੇਲਾ ਹੋਇਆ, ਸੰਗਤ ਨੇ ਜਦੋਂ ਤੱਕਿਆ ਮਹਾਂਪੁਰਖਾਂ ਨੂੰ ਜਲ ਵਿੱਚੋਂ ਜਾ ਕੇ ਬਾਹਰ ਲੈ ਕੇ ਆਉਂਦਾ, ਮਹਾਂਪੁਰਖਾਂ ਦੀਆਂ ਤਲੀਆਂ ਚੱਸੀਆਂ ਹੱਥਾਂ ਦੀਆਂ ਪੈਰਾਂ ਦੀਆਂ, ਅਤੇ ਜਦੋਂ ਮਹਾਂਪੁਰਖਾਂ ਦੇ ਨੇਤਰ ਖੁੱਲ੍ਹੇ ਪਤਾ ਕੀ ਵਚਨ ਨਿਕਲਿਆ, ਕਹਿੰਦੇ ਡਰੌਲੀ ਜਿਹੜਾ ਆਨੰਦ ਅੱਜ ਗੁਰੂ ਨਾਨਕ ਨੂੰ ਮਨਾਉਣ ਦਾ ਆਇਆ ਹੈ ਉਹ ਪਹਿਲੋਂ ਕਦੇ ਆਇਆ ਹੀ ਨਹੀਂ। ਕਿਉਂ? ਮੁਰਸ਼ਦ ਦਾ ਬਚਨ ਲੈ ਕੇ ਆਏ ਸਨ ਅਤੇ ਉਸ ਬਚਨ ਨੂੰ ਕਮਾ ਰਹੇ ਸਨ। ਆਓ, ਕਿਉਂਕਿ ਸਮੇਂ ਦੀਆਂ ਕਈ ਵਾਰ ਬੇਨਤੀ ਕਰਦੇ ਹਾਂ, ਇਹਨਾਂ ਸਟੇਜਾਂ 'ਤੇ ਸਮੇਂ ਨੂੰ ਧਿਆਨ ਵਿੱਚ ਬਹੁਤ ਜ਼ਰੂਰੀ ਰੱਖਣਾ ਹੁੰਦਾ ਹੈ, ਕਿਉਂਕਿ ਜਿੰਨੇ ਵੀ ਹਾਜ਼ਰੀਆਂ ਭਰਨ ਵਾਲੇ ਹੁੰਦੇ ਨੇ ਨਾ, ਹਰ ਇੱਕ ਦੇ ਮਨ ਵਿੱਚ ਇਹ ਖਿਆਲ ਹੁੰਦਾ ਮੇਰੀ ਹਾਜ਼ਰੀ ਲੱਗ ਜਾਏ। ਮੁਰਸ਼ਦ ਦਾ ਬਚਨ ਹੋਵੇ ਅਤੇ ਸਿਮਰਨ ਕਰਨ ਵਾਲਾ, ਇਹ ਨਾ ਸੋਚਿਓ ਇਹ ਕੰਮ ਕੇਵਲ ਫਕੀਰਾਂ ਦੇ, ਸੰਤਾਂ ਦੇ, ਮਹਾਂਪੁਰਖਾਂ ਦੇ ਹਿੱਸੇ ਆਇਆ ਹੈ। ਗੁਰਬਾਣੀ ਦੇ ਅੰਦਰ ਇੱਕ ਐਸੇ ਰਾਜੇ ਦਾ ਵੀ ਜ਼ਿਕਰ ਆਉਂਦਾ ਹੈ ਜਿਹੜਾ ਰਾਜਾ ਵੀ ਹੋਇਆ ਅਤੇ ਭਗਤ ਵੀ ਹੋਇਆ ਹੈ। ਫਿਰ ਇਕੱਲਾ ਭਗਤ ਨਹੀਂ, ਗੁਰਬਾਣੀ ਨੇ ਉਸ ਭਗਤ ਦੇ ਨਾਮ ਦੇ ਨਾਲ ਵੱਡੇ ਭਗਤ ਦਾ ਰੁਤਬਾ ਲਾਇਆ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਲਿਖਿਆ ਹੈ, ਭਗਤ ਤੋਂ ਵੱਡਾ ਰਾਜਾ ਜਨਕ ਹੈ। ਭਗਤ ਵੱਡਾ ਰਾਜਾ ਜਨਕ ਹੈ। ਕਿਉਂ ਵੱਡਾ ਭਗਤ ਹੈ? ਗੁਰਮੁਖ। ਭਗਤ ਦੀ ਪਹਿਚਾਣ ਕੀ ਹੈ? ਭਗਤ ਦੀ ਨਿਸ਼ਾਨੀ ਕੀ ਹੈ? ਭਾਈ ਗੁਰਦਾਸ ਜੀ ਕਹਿੰਦੇ ਨੇ ਭਗਤ ਦਾ ਮੁਖ ਆਪਣੇ ਗੁਰੂ ਵੱਲ ਰਹਿੰਦਾ ਹੈ। ਬਾਬਾ ਨੰਦ ਸਿੰਘ ਜੀ ਮਹਾਰਾਜ ਬਾਬਾ ਮਹਾਂਨਾਮ ਸਿੰਘ ਜੀ ਵੱਲ। ਉੱਠਤ ਬੈਠਤ ਸੋਵਤ ਨਾਮ, ਐਸੀ ਅਵਸਥਾ ਦਿੱਤੀ ਬਾਬਾ ਜੀ ਨੇ, ਬਾਬਾ ਮਹਾਂਨਾਮ ਸਿੰਘ ਜੀ ਨੇ। ਰਾਜੇ ਜਨਕ ਦਾ ਆਪਣੇ ਗੁਰੂ ਵੱਲ ਮੁੱਖ, ਅਤੇ ਆਪ ਜੀ ਜਿਹੜੇ ਇਤਿਹਾਸ ਨੂੰ ਜਾਣਦੇ ਨੇ ਉਹਨਾਂ ਨੂੰ ਤਾਂ ਪਤਾ ਹੈ, ਜਿਹੜੇ ਅਜੇ ਥੋੜ੍ਹਾ ਜਿਹਾ ਦੂਰੀ ਬਣਾ ਕੇ ਬੈਠੇ ਨੇ, ਰਾਜੇ ਜਨਕ ਦਾ ਜਿਹੜਾ ਗੁਰੂ ਸੀ ਨਾ, ਉਸ ਦਾ ਸਰੀਰ 8 ਜਗ੍ਹਾ ਤੋਂ ਵਿੰਗਾ ਟੇਢਾ ਸੀ। ਗੁਰੂ ਦੀ ਪਰਿਭਾਸ਼ਾ, ਗੁਰੂ ਦੀ ਪਹਿਚਾਣ, ਗੁਰੂ ਦਾ ਰੁਤਬਾ ਕੀ ਹੋਣਾ ਚਾਹੀਦਾ ਹੈ, ਗੁਰੂ ਦੇ ਬਾਰੇ ਸਾਡੇ ਅੰਦਰ ਭਾਵਨਾ ਕੀ ਹੋਵੇ। ਅਸ਼ਟਾਵਕਰ ਉਸਦਾ ਨਾਮ ਸੀ, ਪਰ ਰਾਜੇ ਜਨਕ ਨੇ ਇੱਕ ਵਾਰ ਗੁਰੂ ਕਹਿ ਦਿੱਤਾ, ਫਿਰ ਉਸਤੇ ਸ਼ੰਕਾ ਨਹੀਂ ਕੀਤਾ। ਤੇ ਦੁੱਖ ਨਾ ਮੰਨਿਓ, ਅਸੀਂ ਗੁਰੂ ਵੀ ਕਹਿ ਰਹੇ ਹਾਂ ਤੇ ਸ਼ੰਕਾ ਵੀ ਕਰ ਰਹੇ ਹਾਂ। ਰਾਜੇ ਜਨਕ ਦੀ ਪੂਰੀ ਸਾਖੀ ਬਹੁਤ ਲੰਬੀ ਹੈ, ਇਸ਼ਾਰੇ ਮਾਤਰ ਬੇਨਤੀ ਕਰ ਦਈਏ। ਸੋਨੇ ਦੇ ਸਿੰਘਾਸਨ ਤੇ ਬੈਠਣ ਵਾਲਾ ਰਾਜਾ ਜਨਕ,
ਜਦੋਂ ਸਮਾਂ ਸੰਪੂਰਨ ਹੋਇਆ ਮਾਲਕ ਵੱਲੋਂ ਸੱਦਾ ਆਇਆ ਤੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚੱਲਿਆ ਦਣ ਗੰਧਰਵ ਸਭਾ ਸੁਖਵਾਸੀ ਜਮਪੁਰ ਗਿਆ ਪੁਕਾਰ ਸੁਣ ਵਿਰ ਲਾਵਣ ਜੀ ਨਰਕ ਨਿਵਾਸੀ ਧਰਮ ਰਾਏ ਨੂੰ ਆਖਿਓਨ ਸਭਨਾ ਦੀ ਕਰ ਬੰਦ ਖਲਾਸੀ ਇਹ ਧਰਮ ਰਾਜਾ ਇਹ ਜਿਹੜੇ ਨਰਕਾਂ ਵਿੱਚ ਲੋਕ ਛੱਡ ਰਹੇ ਨੇ ਨਾ ਮੈਂ ਚਾਹੁੰਦਾ ਹਾਂ ਉਹਨਾਂ ਨੂੰ ਨਰਕਾਂ ਵਿੱਚੋਂ ਕੱਢਿਆ ਜਾਏ ਧਰਮ ਰਾਜਾ ਕਹਿਣ ਲੱਗਿਆ ਰਾਜਨ ਨਹੀਂ ਇਹਨਾਂ ਲੋਕਾਂ ਦੇ ਗੁਨਾਹ ਇਤਨੇ ਨੇ ਇਹ ਨਰਕਾਂ ਵਿੱਚੋਂ ਕੱਢੇ ਨਹੀਂ ਜਾ ਸਕਦੇ ਇੱਕ ਤਰੀਕਾ ਹੈ ਜਿੰਨੇ ਇਹਨਾਂ ਲੋਕਾਂ ਦੇ ਗੁਨਾਹ ਹਨ ਉਹਨੇ ਕੋਈ ਪੁੰਨ ਦੇਵੇ ਤੇ ਫਿਰ ਇਹਨਾਂ ਨੂੰ ਨਰਕਾਂ ਵਿੱਚੋਂ ਕੱਢ ਸਕਦੇ ਹਾਂ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਇਹ ਸਾਖੀ ਨੂੰ ਅੰਕਿਤ ਕੀਤਾ ਹੈ ਧਰਮ ਰਾਜਾ ਨੇ ਇੱਕ ਕੰਡਾ ਮੰਗਵਾਇਆ ਇੱਕ ਤੱਕੜ ਮੰਗਵਾਇਆ ਉਸ ਤੱਕੜ ਦੇ ਇੱਕ ਪਲੜੇ ਵਿੱਚ ਉਹਨਾਂ ਨਰਕ ਵਿੱਚ ਸੜ ਰਹੇ ਜੀਵਾਂ ਦੇ ਗੁਨਾਹ ਪਾਪ ਰੱਖੇ ਨੇ ਤੇ ਰਾਜੇ ਜਨਕ ਨੂੰ ਹੁਕਮ ਹੋਇਆ ਰਾਜਨ ਦੂਸਰੇ ਪਲੜੇ ਵਿੱਚ ਤੂੰ ਪੁੰਨ ਦੇ ਦੇ ਜੇ ਤੇਰੇ ਪੁੰਨ ਇਹਨਾਂ ਪਾਪਾਂ ਦੇ ਬਰਾਬਰ ਆ ਗਏ ਤੇ ਫਿਰ ਨਰਕਾਂ ਵਿੱਚੋਂ ਕੱਢ ਦਿਆਂਗੇ ਰਾਜੇ ਜਨਕ ਨੇ ਪਤਾ ਕੀ ਕਿਹਾ ਰਾਜਾ ਜਨਕ ਕਹਿਣ ਲੱਗਿਆ ਧਰਮ ਰਾਜਾ ਮੇਰੇ ਵਹੀ ਖਾਤੇ ਵਿੱਚੋਂ ਇੱਕ ਘੜੀ ਸਿਮਰਨ ਮੇਰੇ ਵਹੀ ਖਾਤੇ ਵਿੱਚੋਂ ਇੱਕ ਘੜੀ ਸੰਗਤ ਉਹ ਫਲ ਦੂਸਰੇ ਪਲੜੇ ਵਿੱਚ ਰੱਖੋ ਤੇ ਭਾਈ ਗੁਰਦਾਸ ਜੀ ਨੇ ਇਸ ਗੱਲ ਤੇ ਮੋਹਰ ਲਾਈ ਹੈ ਇੱਕ ਪਾਸੇ ਕਰੋੜਾਂ ਪਾਪੀਆਂ ਦੇ ਪਾਪ ਪਏ ਨੇ ਇੱਕ ਪਾਸੇ ਇੱਕ ਘੜੀ ਸਿਮਰਨ ਹੈ ਜਦੋਂ ਉਸ ਤੱਕੜ ਨੂੰ ਚੁੱਕਿਆ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਪਾਸੰਗ ਪਾਪ ਨਾ ਪੁੱਜਣੀ ਜਿਹੜਾ ਕਰੋੜਾਂ ਪਾਪਾਂ ਵਾਲਾ ਪਲੜਾ ਹੈ ਉਹ ਤੇ ਹੌਲਾ ਫੁੱਲ ਵਰਗਾ ਹੋ ਗਿਆ ਜਿਹੜਾ ਇੱਕ ਘੜੀ ਸਿਮਰਨ ਵਾਲਾ ਪਲੜਾ ਹੈ ਉਹ ਝੁਕ ਗਿਆ ਨਰਕੋਂ ਛੁੱਟੇ ਜੀ ਜੰਤ ਕੱਟੀ ਸਿਲਕ ਗਲੋਂ ਜਮ ਫਾਸੀ ਜਿੰਨੇ ਨਰਕਾਂ ਵਿੱਚ ਸੜਨ ਵਾਲੇ ਸਨ ਧਰਮ ਰਾਜਾ ਦੇ ਹੁਕਮ ਦੇ ਨਾਲ ਨਰਕਾਂ ਵਿੱਚੋਂ ਕੱਢੇ ਗਏ ਤੇ ਮਹਾਂਪੁਰਖਾਂ ਨੇ ਲਿਖ ਦਿੱਤਾ ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਤੇ ਗੁਰੂ ਨਾਨਕ ਨੇ ਮੋਹਰ ਲਾ ਦਿੱਤੀ ਜਿੰਨੀ ਨਾਮ ਧਿਆਇਆ ਜਿਨ੍ਹਾਂ ਨੇ ਵੀ ਨਾਮ ਜਪਿਆ ਸਵਾਲ ਰਾਜੇ ਜਾਂ ਗਰੀਬ ਦਾ ਨਹੀਂ ਜਿਨ੍ਹਾਂ ਨੇ ਵੀ ਨਾਮ ਜਪਿਆ ਸਵਾਲ ਆਦਮੀ ਜਾਂ ਔਰਤ ਦਾ ਨਹੀਂ ਜਿਨ੍ਹਾਂ ਨੇ ਵੀ ਨਾਮ ਜਪਿਆ ਸਵਾਲ ਉੱਚ ਜਾਂ ਨੀਚ ਦਾ ਨਹੀਂ ਇਹ ਜਿਹੜਾ ਦਿਨ ਪਰਸੋਂ ਆ ਰਿਹਾ ਹੈ ਨਾ 22 ਤਰੀਕ ਆਪ ਜੀ ਨੂੰ ਇੱਕ ਬੇਨਤੀ ਕਰ ਦਈਏ ਪਰਸੋਂ ਭਗਤ ਰਵਿਦਾਸ ਜੀ ਦਾ ਜਨਮ ਦਿਨ ਹੈ ਤੇ ਹੁਣ ਇੱਕ ਗੱਲ ਯਾਦ ਰੱਖਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 15 ਭਗਤ ਬੈਠੇ ਨੇ ਇਹਨਾਂ ਭਗਤਾਂ ਦੇ ਸਮੇਂ ਰਾਜੇ ਵੀ ਸਨ ਰਾਜਿਆਂ ਨੂੰ ਲੋਕ ਭੁੱਲ ਚੁੱਕੇ ਨੇ ਤੇ ਭਗਤਾਂ ਨੂੰ ਮੱਥਾ ਟੇਕ ਰਹੇ ਨੇ ਜਿੰਨੀ ਨਾਮ ਧਿਆਇਆ ਜੇ ਰਾਜੇ ਨਾਮ ਜਪਣ ਵਾਲੇ ਨੇ ਤੇ ਉਹਨਾਂ ਨੂੰ ਵੀ ਯਾਦਾਂ ਮਨਾ ਕੇ ਯਾਦ ਕੀਤਾ ਜਾਂਦਾ ਹੈ ਜੇ ਭਗਤ ਨਾਮ ਜਪਣ ਵਾਲੇ ਨੇ ਤੇ ਭਗਤਾਂ ਨੂੰ ਵੀ ਮੱਥੇ ਟੇਕੇ ਜਾਂਦੇ ਨੇ ਗੁਰੂ ਸਵਾਰਿਓ ਧੰਨ ਗੁਰੂ ਨਾਨਕ ਪਾਤਸ਼ਾਹ ਕੇਵਲ ਉਹਨਾਂ ਤੋਂ ਬਲਿਹਾਰ ਜਾ ਰਹੇ ਹਨ ਜਿਹੜੇ ਸਿਮਰਨ ਵਾਲੀਆਂ ਰੂਹਾਂ ਨੇ ਜਿਹੜੀਆਂ ਬੰਦਗੀ ਵਾਲੀਆਂ ਰੂਹਾਂ ਹਨ ਆਓ ਸ਼ਬਦ ਦੀ ਸਮਾਪਤੀ ਵੱਲ ਕਿਉਂਕਿ ਸਮਾਂ ਸੰਪੂਰਨ ਹੋ ਗਿਆ ਹੈ ਇਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਜੋ ਉਸ ਸਟੇਜ ਵੱਲੋਂ ਦੱਸਿਆ ਜਾਏਗਾ ਆਓ ਇੱਕ ਵਾਰ ਸਾਰੇ ਪੜ੍ਹੀਏ ਹੋਂ ਕੁਰਬਾਨੇ ਜਾਓ ਤਿਨਾ ਕੇ ਲੈਣ ਜੋ ਤੇਰਾ ਨਾਂ ਲੈਣ ਜੋ ਤੇਰਾ ਨਾਂ ਤਿਨਾ ਕੇ ਹੋਂ ਸਦ ਕੁਰਬਾਨੇ ਜਾਓ ਕੁਰਬਾਨੇ ਜਾਓ ਤਿਨਾ ਕੇ ਲੈਣ ਜੋ ਤੇਰਾ ਨਾਮ ਹੋ ਕੁਰਬਾਨੇ ਜਾਓ ਤਿਨਾ ਕੇ ਲੈਣ ਜੋ ਤੇਰਾ ਨਾਮ ਹੋ ਕੁਰਬਾਨੇ ਜਾਓ ਤਿਨਾ ਕੇ ਲੈਣ ਜੋ ਤੇਰਾ ਨਾਮ ਹੋ ਕੁਰਬਾਨੇ ਜਾਓ ਤਿਨਾ ਕੇ ਲੈਣ ਜੋ ਤੇਰਾ ਨਾਮ
ਲੈਣ ਜੋ ਤੇਰਾ ਨਾਂ ਤਿੰਨਾ ਕੇ ਹੋ ਸਤ ਕੁਰਬਾਨ ਜਾਹੋ ਲੈਣ ਜੋ ਤੇਰਾ ਨਾਂ ਤਿੰਨਾ ਕੇ ਹੋ ਸਤ ਕੁਰਬਾਨ ਜਾਓ ਕੁਰਬਾਨ ਜਾਓ ਤੇਰਾ ਨਾਮ ਲੈਣ ਜੋ ਤੇਰਾ ਨਾਮ ਵਾਹਿਗੁਰੂ ਜੀ ਇੰਨੀ ਹਾਜ਼ਰੀ ਪ੍ਰਵਾਨ ਕਰ ਲੈਣੀ ਭੁੱਲਾਂ ਚੁੱਕਾਂ ਦੀ ਖਿਮਾ ਧੰਨਵਾਦੀ ਹਾਂ ਸਾਡੇ ਜੀਵਨ ਦਾ ਤੇ ਮਹਾਂਪੁਰਖ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਡੇਰਾ ਰੂਣੀ ਪੁੱਛੋ ਕਲਾਂ ਵਾਲੇ ਜਿਹੜੇ ਦਾ ਸਾਨੂੰ ਮਾਨ ਦੇ ਕੇ ਨਿਵਾਜ ਰਹੇ ਹਨ ਅਵਸਾਰੀ ਸੰਗਤ ਫਤਿਹ ਦੀ ਆਵਾਜ਼ ਬੁਲੰਦ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਸਤਿਗੁਰ ਦੀ ਹਜ਼ੂਰੀ ਅੰਦਰ ਗੁਰੂ ਸਵਾਰੇ ਗੁਰੂ ਪਿਆਰੇ ਬਾਬਾ ਜੀ ਦੇ ਘਰ ਦਰ ਦੇ ਪ੍ਰੀਤਵਾਨ ਕੀਰਤਨੀਏ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਅਬੋਹਰ ਵਾਲੇ ਹਾਜ਼ਰੀ ਲਵਾਰੇ ਸਨ ਜੀਵ ਆਇਆ ਨੂੰ ਆਓ ਗੁਰਮੁਖ ਪਿਆਰੇ ਪਾਕਾਂ ਤੋਂ ਭਾਈ ਸਾਹਿਬ ਭਾਈ ਸੁਖਵੰਤ ਸਿੰਘ ਜੀ 14-15 ਮਿੰਟ ਵਾਸਤੇ ਹਾਜ਼ਰੀ ਲਵਾਉਣਗੇ ਕਥਾ ਦੁਆਰਾ ਸਰਬੱਤ ਸਾਧ ਸੰਗਤ ਨੂੰ ਬੇਨਤੀ ਹੈ ਇਸੇ ਤਰ੍ਹਾਂ ਆਪਾਂ ਪਿਆਰ ਦੇ ਨਾਲ ਲੋੜ ਮੁਤਾਬਕ ਜਲ ਪਾਣੀ ਗ੍ਰਹਿਣ ਕਰਕੇ ਸਾਰਿਆਂ ਨੇ ਸੰਗਤ ਵਿੱਚ ਬੈਠ ਕੇ ਹੀ ਆਨੰਦ ਮਾਣਨਾ ਹੈ। ਲਾਗੇ ਦੀ ਸੰਗਤ ਜਦੋਂ ਟੀਵੀ 'ਤੇ ਦਰਸ਼ਨ ਕਰਦੀ ਬਾਬਾ ਜੀ ਦੇ ਉਹਨਾਂ ਦਾ ਮਨ ਬਣਦਾ ਹੈ ਕਿ ਸੰਗਤ ਵਿੱਚ ਅਸੀਂ ਵੀ ਬੈਠੇ ਹੋਈਏ ਅਤੇ ਸਾਨੂੰ ਕਿੰਨਾ ਆਨੰਦ ਪ੍ਰਾਪਤ ਹੋਏ। ਇਲਾਕੇ ਦੀ ਨਹੀਂ ਦੂਰ ਦੁਰਾਡੇ ਦੀ ਸੰਗਤ ਵੀ ਮਨ ਬਣਾਉਂਦੀ ਹੈ ਪਰ ਸਭਨਾਂ ਦਾ ਫਰਜ਼ ਬਣਦਾ ਹੈ। ਕਈ ਫਿਰ ਦੂਰ ਦੁਰਾਡੇ ਤੋਂ ਚੱਲਦੇ ਨੇ ਅਤੇ ਬਾਬਾ ਜੀ ਦੇ ਸਮੇਂ 'ਤੇ ਉਹ ਸੰਗਤ ਵਿੱਚ ਪਹੁੰਚ ਜਾਂਦੇ ਨੇ। ਸਭਨਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਸਮਾਂ ਆਪਾਂ ਸੰਗਤ ਵਿੱਚ ਬਤੀਤ ਕਰਨਾ ਹੈ। ਰਹਿਣ ਸਵਾਈ ਕੀਰਤਨ ਇਕੋਤਰੀਆਂ ਜੋ ਜੋ ਥਾਂ ਪ੍ਰਥਾਂ ਚੱਲ ਰਹੀਆਂ ਨੇ ਇਸ ਅਸਥਾਨ 'ਤੇ ਵੀ ਸੁਭਾਗ ਸਮਾਂ ਅਤੀ ਸਤਿਕਾਰਯੋਗ ਸੰਤ ਬਾਬਾ ਸੁਖਦੇਵ ਸਿੰਘ ਜੀ ਸੰਤ ਬਾਬਾ ਹਰਭਜਨ ਸਿੰਘ ਜੀ ਇਹਨਾਂ ਦੀ ਸਰਪ੍ਰਸਤੀ ਹੇਠ ਥਾਂ ਪ੍ਰਥਾਂ ਕੁਤਰੀਆਂ ਚੱਲ ਰਹੀਆਂ ਸਨ ਉਹਨਾਂ ਦੀ ਸੰਪੂਰਨਤਾ ਇਸ ਤਰ੍ਹਾਂ ਰਹਿਣ ਸਫਾਈ ਕੀਰਤਨ ਕਰਕੇ ਹਰ ਅਸਥਾਨ 'ਤੇ ਮਹਾਂਪੁਰਖ ਸੰਗਤਾਂ ਨੂੰ ਪ੍ਰੇਰਿਤ ਕਰਕੇ ਨਾਮ ਨਾਲ ਜੁੜ ਰਹੇ ਨੇ। ਆਓ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸੁਖਵੰਤ ਸਿੰਘ ਜੀ ਗੁਰੂ ਦਰਬਾਰ ਦੇ ਵਿੱਚ ਕਥਾ ਦੁਆਰਾ ਹਾਜ਼ਰੀ ਲਵਾਰੇ। ਧੰਨ ਗੁਰੂ ਨਾਨਕ ਵਾਹਿਗੁਰੂ। ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ ਸਤ ਸੰਤੋਖ ਸਮਾਚਰ ਅਪਰਾ ਸਰ ਭਰਿਆ ਅਕਥ ਕਥਾ ਅਮਰਾਪੁਰੀ ਜਿਸ ਦੇ ਸੁਪਾਵੈ ਇਹ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣਿਆ ਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ
साहब श्री गुरु ग्रंथ साहब जी।